ਇਨੇ ਦਿਨੀ ਪੰਜਾਬ ਸਰਕਾਰ ਅਤੇ ਪਟਵਾਰੀ ਆਮੋ ਸਾਹਮਣੇ ਹੋ ਚੁੱਕੇ ਨੇ। ਪਟਵਾਰ ਯੂਨੀਅਨ ਦੇ ਵੱਲੋਂ ਸਰਕਾਰ ਨੂੰ ਦੋ ਟੁਕ ਸੁਣਾ ਦਿੱਤੀ, ਕਿਹਾ ਜੇ ਮੰਗਾਂ ਨਾ ਮੰਨੀਆਂ ਤਾਂ ਵੱਡਾ ਐਕਸ਼ਨ ਕਰਾਂਗੇ। ਅੱਜ ਮੀਟਿੰਗ ਹੋਈ ਸੀ, ਮੀਟਿੰਗ ਤੋਂ ਬਾਅਦ ਵੱਡਾ ਫੈਸਲਾ ਲਿਆ ਗਿਆ। ਲੁਧਿਆਣਾ ਦੇ ਵਿੱਚ ਪਟਵਾਰੀਆਂ ਨੇ ਵੱਡਾ ਸਟੈਂਡ ਲਿਆ। ਉਹਨਾਂ ਨੇ ਕਿਹਾ ਕਿ ਪਿਛਲੇ ਦਿਨੀ ਸਰਕਾਰ ਨੇ ਪਟਵਾਰੀਆਂ ਦੀਆਂ 1100 ਪੋਸਟਾਂ ਖਤਮ ਕਰਨ ਦਾ ਫੈਸਲਾ ਲਿਆ, ਜਿਸ ਦੇ ਨਾਲ ਬਾਕੀ ਪਟਵਾਰੀਆਂ ਦੇ ਕੰਮ ਤੇ ਬੋਝ ਪਏਗਾ। ਉਹਨਾਂ ਕਿਹਾ ਕਿ ਰੈਵੀਨਿਊ ਵਿਭਾਗ ਦੇ ਵਿੱਚ ਨਫ਼ਰੀ ਹੋਰ ਵਧਾਈ ਜਾਣੀ ਸੀ, ਪਰ ਉਲਟਾ ਸਰਕਾਰ ਨੇ ਘਟਾ ਦਿੱਤੀ, ਜਿਸ ਦੇ ਨਾਲ ਉਹ ਪਿਛਲੇ 8 ਮਹੀਨੇ ਤੋਂ ਲਗਾਤਾਰ ਸਰਕਾਰ ਦੇ ਨਾਲ ਮੀਟਿੰਗ ਕਰਨ ਦੇ ਲਈ ਸਮਾਂ ਮੰਗ ਰਹੇ ਨੇ, ਪਰ ਸਰਕਾਰ ਦੇ ਵੱਲੋਂ ਸਮਾਂ ਨਹੀਂ ਦਿੱਤਾ ਜਾ ਰਿਹਾ। ਉਹਨਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਨੇ ਸਾਨੂੰ ਮੀਟਿੰਗ ਦੇ ਲਈ ਸਮਾਂ ਨਾ ਦਿੱਤਾ ਅਤੇ ਸਾਡੀਆਂ ਮੰਗਾਂ ਦੇ ਵੱਲ ਧਿਆਨ ਨਾ ਦਿੱਤਾ ਤਾਂ ਉਹ 1 ਜੁਲਾਈ ਨੂੰ ਹੋਣ ਵਾਲੀ ਤਾਂ ਉਹ ਆਉਣ ਵਾਲੀਆਂ ਚੋਣਾਂ ਦੇ ਵਿੱਚ ਸਰਕਾਰ ਦੇ ਵਿਰੁੱਧ ਵੱਡੀ ਰੈਲੀ ਪ੍ਰਦਰਸ਼ਨ ਦੇ ਰੂਪ ਵਿੱਚ ਕਰਨਗੇ। ਸੋ ਪਿਛਲੀ ਵਾਰ ਵੀ ਸਰਕਾਰ ਅਤੇ ਪਟਵਾਰੀਆਂ ਦੀ ਖੜਕੀ ਸੀ, ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਦਿੱਤੀ ਗਈ ਸੀ, ਤਾਂ ਮੁੜ ਤੋਂ ਸਰਕਾਰ ਅਤੇ ਪਟਵਾਰੀ ਆਮੋ ਸਾਹਮਣੇ ਹੋ ਚੁੱਕੇ ਨੇ। ਪਟਵਾਰੀਆਂ ਨੇ ਕਹਿ ਦਿੱਤਾ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਉਹ ਸਰਕਾਰ ਦੇ ਖਿਲਾਫ ਵੱਡਾ ਰੋਸ ਮੁਜ਼ਾਹਰਾ ਕਰਨਗੇ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਪੂਰੀਆਂ ਕੀਤੀਆਂ। ਅੱਜ ਪਟਵਾਰੀਆਂ ਦੇ ਮਸਲਿਆਂ ਦੇ ਉੱਪਰ ਖੁੱਲ ਕੇ ਵਿਚਾਰ ਚਰਚਾ ਹੋਈ ਆ, ਕਿਉਂਕਿ ਸਰਕਾਰ ਵੱਲੋਂ ਪਿਛਲੇ 10 ਮਹੀਨਿਆਂ ਤੋਂ ਜਥੇਬੰਦੀ ਨੂੰ ਮੀਟਿੰਗ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ ਔਰ ਸਾਡੇ ਮਸਲੇ ਜਿਉਂ ਦੇ ਤਿਉਂ ਪੈਂਡਿੰਗ ਨੇ, ਜਿਹਦੇ ਵਿੱਚ 1100 ਪਰਿਵਾਰ ਸਰਕਲ ਜਿਹੜਾ ਪਟਵਾਰੀਆਂ ਦਾ ਘਟਾ ਦਿੱਤਾ ਗਿਆ, ਕਿਉਂਕਿ ਆਬਾਦੀ ਪੰਜਾਬ ਦੀ ਵਧੀ ਆ, ਸ਼ਹਿਰੀਕਰਨ ਹੋਇਆ, ਇਹ ਸਾਰੇ ਮਸਲੇ ਨੇ ਜਿਹੜੇ ਕੁਛ ਮਸਲਿਆਂ ਦੇ ਵਿੱਚ ਅਸੀਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਵਿੱਚ ਵੀ ਦਰਵਾਜ਼ਾ ਖੜਕਾਇਆ ਅਤੇ ਉਹ ਸਰਕਾਰ ਨੂੰ ਅਸੀਂ ਤੋਂ ਚੇਤਾਵਨੀ ਦਿੰਦੇ ਹਾਂ ਕਿ ਜੇਕਰ ਸਾਡੀ ਜਲਦ ਮੀਟਿੰਗ ਕਰਕੇ ਸਾਡੇ ਮਸਲੇ ਨਾ ਸੁਣੇ ਗਏ ਤਾਂ ਅਸੀਂ ਪਹਿਲਾ ਫੈਸਲਾ ਜਿਹੜਾ ਆਲਰੇਡੀ ਪੈਨਸ਼ਨ ਦੇ ਮਸਲੇ ਦੇ ਸੀ ਪੀ ਐਫ ਕਰਕੇ ਯੂਨੀਅਨ ਵੱਲੋਂ ਕੀਤਾ ਗਿਆ, ਉਹਨਾਂ ਦਾ 27 ਤਰੀਕ ਦਾ ਪ੍ਰੋਗਰਾਮ ਹੈ ਜਲੰਧਰ ਵਿਖੇ, ਉਹਦੇ ਵਿੱਚ ਅਸੀਂ ਵੱਧ ਚੜ ਕੇ ਸ਼ਾਮਲ ਹੋਵਾਂਗੇ ਔਰ ਅਗਰ ਸਾਡੇ ਮਸਲੇ ਹੱਲ ਨਾ ਹੋਏ ਤਾਂ ਅਸੀਂ ਜੁਲਾਈ ਦੇ ਪਹਿਲੇ ਹਫ਼ਤੇ ਜੋ ਜਿਸ ਏਰੀਏ ਦੇ ਵਿੱਚ ਸਾਡੀ ਇਲੈਕਸ਼ਨ ਹੋ ਰਹੀ ਆ ਉਸ ਏਰੀਏ ਵਿੱਚ ਸਾਡਾ ਡੀ ਐਨ ਆਰ ਦਫ਼ਤਰ ਪੈਂਦਾ, ਡੀ ਐਨ ਆਰ ਦਫ਼ਤਰ ਵਿਖੇ ਰੈਲੀ ਕਰਕੇ ਅਸੀਂ ਰੋਸ ਮਾਰਚ ਸਰਕਾਰ ਦੇ ਖਿਲਾਫ਼ ਕਰਨ ਲਈ ਮਜਬੂਰ ਹੋਵਾਂਗੇ, ਕਿਉਂਕਿ ਸਰਕਾਰ ਆ ਜਿਹੜੀ ਗੱਲਾਂ ਦਾ ਕਰਦੇ ਨੇ ਸੱਥਾਂ ਚੱਲਣੀ ਆ ਇਹ, ਪਰ ਸਾਡੀ ਕੋਈ ਸੁਣਵਾਈ ਆ ਜਿਹੜੀ ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ, ਸਾਡੇ ਬਾਲ ਮੰਤਰੀ ਸਾਹਿਬ ਵੱਲੋਂ, ਸਾਡੇ ਅਫਸਰ ਸਾਹਿਬਾਨ ਵੱਲੋਂ ਨਹੀਂ ਕੀਤੀ ਜਾ ਰਹੀ ਔਰ ਪਿਛਲੇ ਦਿਨ ਇੱਕ ਇਹਨਾਂ ਨੇ ਲਿਸਟ ਕੱਢੀ ਆ ਜਿਹਦੇ ਵਿੱਚ ਵਿਜੀਲੈਂਸ ਬਿਊਰੋ ਨੂੰ ਆਧਾਰ ਬਣਾਇਆ। ਅਗਰ ਵਿਜੀਲੈਂਸ ਬਿਊਰੋ ਮੁੱਖ ਮੰਤਰੀ ਸਾਹਿਬ ਇੰਨੀ ਚੰਗੀ ਲੱਗਦੀ ਆ ਤਾਂ ਐਫ ਸੀ ਆਰ ਅਤੇ ਡੀ ਐਨ ਆਰ ਦੀ ਪੋਸਟ ਖਤਮ ਕਰਕੇ ਡੀ ਜੀ ਪੀ ਪੰਜਾਬ ਜੀ ਨੂੰ ਸਾਰਾ ਚਾਰਜ ਦੇ ਦੇਣ ਔਰ ਵਿਜੀਲੈਂਸ ਵਿਭਾਗ ਨੂੰ ਸਾਡਾ ਸਾਰਾ ਕੰਮ ਕਾਰ ਸੰਭਾਲ ਦੇਣ, ਜੇ ਉਹਨਾਂ ਦੇ ਇਹਨਾਂ ਨੂੰ ਇੰਨੀ ਭਰੋਸੇਯੋਗਤਾ, ਜਿਹਨਾਂ ਨੂੰ ਮੰਤਰੀਆਂ ਦੀ ਵੀ ਲੋੜ ਨਹੀਂ ਫਿਰ ਐਮ ਐਲ ਏ ਦੀ ਲੋੜ ਨਹੀਂ, ਕਿਉਂਕਿ ਇੱਕ ਡਿਪਾਰਟਮੈਂਟ ਨੂੰ ਇੰਨਾ ਹਾਵੀ ਕਰਨਾ ਇਹ ਜਿਹੜਾ ਹੈਗਾ ਜਨਤਾ ਦੇ ਭਲੇ ਵਾਸਤੇ ਨਹੀਂ ਹੈਗਾ। ਅਸੀਂ ਤਾਂ ਮੰਗ ਕਰ ਰਹੇ ਹਾਂ ਕਿ ਮੁੱਖ ਮੰਤਰੀ ਸਾਹਿਬ ਨੂੰ ਲੱਗਦਾ ਤਾਂ ਵਿਭਾਗੀ ਵਿਜੀਲੈਂਸ ਜਿਹੜੀ ਹੈਗੀ ਉਹ ਸਾਡੀ ਗਠਨ ਹੋਵੇ, ਸਾਡੇ ਰੈਵਨਿਊ ਦੀ ਜਿਹੜੀ ਬਿਜ਼ਨਸ ਬਣੇ ਉਹ ਵੱਖਰਾ ਬਿੰਦ ਬਣੇ, ਜਿਹਨਾਂ ਨੂੰ ਰੈਵਨਿਊ ਬਾਰੇ ਨੌਲੇਜ ਹੋਵੇ, ਹੁਣ ਇਹਨਾਂ ਨੂੰ ਰੈਵਨਿਊ ਬਾਰੇ ਕੋਈ ਨੌਲੇਜ ਨਹੀਂ ਹੈਗੀ ਔਰ ਵਿਜੀਲੈਂਸ ਬਿਊਰੋ ਬੇਲੋੜੀਆਂ ਜਿਹੜੀਆਂ ਸ਼ਿਕਾਇਤਾਂ ਮਤਲਬ ਬਲੈਕਮੇਲਰ ਰਾਹੀਂ ਕਰਵਾ ਕੇ ਸਾਨੂੰ ਤੰਗ ਪਛਾਣ ਕਰ ਰਹੇ ਨੇ, ਲੰਬੇ ਸਮੇਂ ਤੋਂ ਇਸੇ ਤਰੀਕੇ ਨਾਲ ਚੱਲਿਆ ਆ ਰਿਹਾ। ਮੁੱਖ ਮੰਤਰੀ ਸਾਹਿਬ ਇਹਦੇ ਵਿੱਚ ਆਈ ਬੈਠੇ ਨੇ, ਚਾਹੇ ਪਿਛਲੇ ਦਿਨ ਹੋਰ ਵੀ ਮਸਲੇ ਸੀਗੇ, ਚਾਹੇ ਉਹ ਨਹਿਰੀ ਪਾਣੀ ਦਾ ਮਸਲਾ ਸੀ, ਤਾਂ ਇਹ ਜਿਹੜੀ ਬੇਲੋੜੀ ਮੁੱਖ ਮੰਤਰੀ ਸਾਹਿਬ ਦੀ ਚੁੱਪ ਆ ਇਹ ਬੜੀ ਮਤਲਬ ਸਾਨੂੰ ਪਛਾਣ ਕਰ ਰਹੀ ਆ ਔਰ ਅਸੀਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਅਪੀਲ ਕਰਦੇ ਹਾਂ ਕਿ ਮੁਲਾਜ਼ਮਾਂ ਦੇ ਮਸਲਿਆਂ ਸਿਰ ਦੇਵੋ, ਨਹੀਂ ਫਿਰ ਜਿਹੜਾ ਤੁਸੀਂ 13-0 ਕਹਿੰਦੇ ਸੀਗੇ ਉਹ ਜਿਮਣੀ ਚੋਣਾਂ ਦੇ ਵਿੱਚ ਵੀ ਤੁਹਾਨੂੰ ਉਹੀ ਸ਼ੀਸ਼ਾ ਪੰਜਾਬ ਦੇ ਮੁਲਾਜ਼ਮ ਦਿਖਾਉਣ ਵਾਸਤੇ ਮਜਬੂਰ ਹੋਣਗੇ। ਅਗਰ ਸਾਡੀ ਗੱਲਬਾਤ ਸਰਕਾਰ ਨੇ ਆਉਣ ਵਾਲੇ ਹਫ਼ਤੇ ਦੇ ਵਿੱਚ ਨਾ ਕੀਤੀ, ਸਾਡੀ ਸੁਣਵਾਈ ਨਾ ਕੀਤੀ, ਤਾਂ ਅਸੀਂ ਜਲੰਧਰ ਜਿਮਣੀ ਚੋਣ ਦੇ ਵਿੱਚ ਜ਼ਰੂਰ ਪ੍ਰੋਗਰਾਮ ਕਰਾਂਗੇ। ਚੋਣਾਂ ਦੇ ਵਿੱਚ ਸਰਕਾਰ ਦਾ ਵਿਰੋਧ ਕੀਤਾ ਜਾਊਗਾ, ਜਦੋਂ ਸਰਕਾਰ ਨੇ ਮਤਲਬ ਇੱਕ ਸਿਰਫ 2 ਸਾਲ 1.5-2.5 ਸਾਲ ਦੇ ਵਿੱਚ ਮੁਲਾਜ਼ਮ ਵਰਗ ਨੂੰ ਬਦਨਾਮ ਕਰਨ ਵਾਸਤੇ ਸਾਰੀ ਪ੍ਰੋਪਾਗੈਂਡਾ ਕੀਤਾ, ਕੋਈ
ਚਾਹੇ ਪੁਰਾਣੀ ਪੈਨਸ਼ਨ ਬਹਾਲੀ ਹੈ, ਚਾਹੇ ਉਹਨਾਂ ਦੇ ਮੁਲਾਜ਼ਮਾਂ ਦੇ ਭੱਤੇ ਨੇ, ਜਿਵੇਂ ਸਾਡੇ ਹੁਣ 1100 ਪੋਸਟਾਂ ਪਟਵਾਰੀਆਂ ਨੇ ਘਟਾ ਦੀਆਂ ਹੁੰਦੀਆਂ, ਵਧਾਉਣ ਦੀ ਬਜਾਏ ਸ਼ਹਿਰੀਕਰਨ ਹੋਇਆ, ਕਿੰਨੇ ਨਿਗਮ ਬਣ ਗਏ, ਕਿੰਨੇ ਜ਼ਿਲ੍ਹੇ ਬਣ ਗਏ, ਕਿੰਨੇ ਤਹਿਸੀਲਾਂ ਬਣ ਗਈਆਂ, ਲੋੜ ਤਾਂ ਇਹਨਾਂ ਨੂੰ ਪਟਵਾਰੀ ਦੀਆਂ ਪੋਸਟਾਂ ਵਧਾਉਣ ਦੀਆਂ। ਇਸ ਕਰਕੇ ਇਹੋ ਜਿਹੀਆਂ ਗੱਲਾਂ ਨੇ ਜਨਤਾ ਦੇ ਵਿੱਚ ਲੈ ਕੇ ਜਾਵਾਂਗੇ ਵੀ ਕਿਸ ਤਰੀਕੇ ਨਾਲ ਇਹ ਸਫੈਦ ਝੂਠ ਬੋਲ ਰਹੇ ਨੇ, ਤਾਂ ਸਰਕਾਰ ਦਾ ਪੂਰਾ ਵਿਰੋਧ ਜਿਹੜਾ ਹੈਗਾ ਉਹਨਾਂ ਦੇ ਉੱਤੇ। ਸਰ ਇੱਕ ਝੋਗੇ ਦਾ ਸੀਜ਼ਨ ਚੱਲ ਰਿਹਾ, ਲਗਾਤਾਰ ਸਰਕਾਰ ਦਾਵੇ ਕਰ ਰਹੀ ਸੀ ਟੇਲਾਂ ਦੇ ਵਿੱਚ ਸੂਏ ਦੇ ਵਿੱਚ ਪਾਣੀ ਸਾਡੇ ਕੋਲ ਛੱਡਿਆ, ਜਿੱਥੇ ਵੀ ਤੁਹਾਡਾ ਵੀ ਬਿਆਨ ਸੀਗੇ ਕਿ ਇੱਦਾਂ ਦਾ ਕੁਛ ਨਹੀਂ ਹੋ ਰਿਹਾ, ਹਾਲੇ ਵੀ ਖਾਲੀ ਪੇਟ ਹੋ। ਦੇਖੋ ਜੀ, ਹਰ ਗੱਲ ਵਾਸਤੇ ਨਫ਼ਰੀ ਦੀ ਲੋੜ ਆ। ਅੱਜ ਨਹਿਰੀ ਮਹਿਕਮੇ ਦੇ ਵਿੱਚ ਵੀ ਬਹੁਤ ਨਫ਼ਰੀ ਦੀ ਘਾਟ ਆ ਅਤੇ ਮਾਲ ਮਹਿਕਮੇ ਦੇ ਵਿੱਚ। ਜਦੋਂ ਪੂਰੀ ਭਰਤੀ ਨਹੀਂ ਹੈਗੀ ਅਤੇ ਉਸ ਸੀਜ਼ਨ ਦੇ ਵਿੱਚ ਪਹਿਲਾਂ ਚੋਣਾਂ ਆ ਗਈਆਂ, ਮੁਲਾਜ਼ਮਾਂ ਦੇ ਜੁੜੇ ਚੋਣਾਂ ਦੇ ਵਿੱਚ ਲੜੀਆਂ ਸੀਗੀਆਂ, ਨਿਸ਼ਾਨ ਵੀ ਹੋ ਗਏ, ਜੇ ਖਾਲੇ ਵੀ ਪਏ, ਫਿਰ ਟੇਲਾਂ ਦੇ ਪਾਣੀ ਕਿੱਥੋਂ ਪਹੁੰਚ ਗਿਆ, ਰਜਵਾਹੇ ਅਜੇ ਤੱਕ ਮਤਲਬ ਪੱਕੇ ਨਹੀਂ ਹੋਏ, ਅਤੇ ਜਿਹੜਾ ਉਹ ਪਾਣੀ ਦਾ ਜਿਹੜਾ ਮਤਲਬ ਰੇਸ਼ੋ ਆ ਉਹ ਪਿਛਲੇ ਆਪਣੇ 50 ਸਾਲ ਦੀ ਰਿਵਿਊ ਨਹੀਂ ਹੋਈ, ਕਿਉਂਕਿ ਹੁਣ ਅੱਜ ਸਾਰਾ ਪੰਜਾਬ ਦੇ ਵਿੱਚ ਸਾਰਾ ਕੁਛ ਚਾਹੀ ਆ, ਅੱਜ ਬਿਲਕੁਲ ਕੋਈ ਬਰਾਨੀ ਨਹੀਂ ਹੈਗੀ ਨਾ ਕੋਈ ਡਿੱਬੇ ਨੇ। ਇਸ ਕਰਕੇ ਪਾਣੀ ਦੀ ਮਾਤਰਾ ਉੱਥੇ ਮੋਗੇ ਵੱਡੇ ਕਰਨ ਦੀ ਲੋੜ ਆ। ਇਸ ਕਰਕੇ ਸਾਰੀਆਂ ਜਿਹੜੀਆਂ ਗੱਲਾਂ ਨੇ ਗਰਾਊਂਡ ਤੋਂ ਪਰੇ ਹੋ ਰਹੀਆਂ ਨੇ। ਸਰਕਾਰ ਹੁਣ ਜਿਵੇਂ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਵੀ ਡੀ ਸੀ ਸਾਹਿਬ ਦੇ ਸਿੱਧਾ ਜ਼ਿੰਮੇਵਾਰ ਹੋਣਗੇ, ਅਗਰ ਕਿਤੇ ਕਰਪਸ਼ਨ ਹੁੰਦੀ ਆ ਜਾਂ ਕੋਈ ਵਿੰਡੋ ਬਣਾਵਾਂਗੇ, ਤਾਂ ਪਹਿਲਾਂ ਤੁਸੀਂ ਸਰਕਾਰ ਨੂੰ ਇਹ ਬੇਨਤੀ ਆ ਕਿ ਪਹਿਲਾਂ ਤੁਸੀਂ ਆਪਦੇ ਕਿਤੇ ਸੋਟਾ ਫੇਰੋ ਕਿ ਤੁਸੀਂ ਕੀ ਕਰ ਰਹੇ ਹੋ, ਕਿਉਂਕਿ 10-10 ਮਹੀਨੇ ਮੁਲਾਜ਼ਮਾਂ ਦੀ ਗੱਲ ਹੀ ਨਹੀਂ ਸੁਣਨੀ ਅਤੇ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰਨਾ। ਜਿਵੇਂ ਹੁਣ ਲੁਧਿਆਣੇ ਸ਼ਹਿਰ ਦੀ ਗੱਲ ਕਰ ਲਈਏ, ਕਿੰਨੇ ਪਰਿਵਾਰ ਖਾਨੇ ਨੇ, ਉੱਥੇ ਕੋਈ ਹੈਗੀ ਕੋਈ ਮਤਲਬ ਸਹੂਲਤ ਕੋਈ, ਜਿੰਨੇ ਵੀ ਰਜਿਸਟਰ ਆਫਿਸਰ ਅਤੇ ਪਬਲਿਕ ਰਜਿਸਟਰੀ ਕਰਵਾਉਣ ਵਾਸਤੇ ਆਉਂਦੀ ਆ, ਉਹਦੇ ਪੀਣ ਵਾਲਾ ਪਾਣੀ ਉੱਥੇ ਨਹੀਂ ਹੈਗਾ, ਪੱਖੇ ਕੂਲਰ ਦਾ ਇੰਤਜ਼ਾਮ ਉੱਥੇ ਨਹੀਂ ਹੈਗਾ, ਕਿੰਨੇ ਦਾ ਬੁਰੇ ਹਾਲਤ ਨੇ। ਪਹਿਲਾਂ ਤਾਂ ਇਨਫਰਾਸਟਰਕਚਰ ਆਪਾਂ ਉਹਦੇ ਵਿੱਚ ਸੁਧਾਰ ਕਰੀਏ, ਫਿਰ ਆਪਾਂ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਸੁਣੀਏ, ਫਿਰ ਉਹਨਾਂ ਦੇ ਜਿਹੜੀ ਆਪਾਂ ਇਹ ਗੱਲ ਕਰੀਏ, ਅਤੇ ਜਿਹੜੀ ਗੱਲ ਆ ਵੀ ਉਹ ਵੱਡੀ ਕਰਕੇ ਪੇਸ਼ ਕਰਨ ਦੀ ਮੁੱਖ ਮੰਤਰੀ ਸਾਹਿਬ ਦੀ ਆਦਤ ਆ, ਝੂਠ ਵੀ ਬੋਲਦੇ ਨੇ। ਮੈਂ ਉਹਨਾਂ ਨੂੰ ਫਿਰ ਅਪੀਲ ਕਰਦਾ ਕਿ ਤੁਸੀਂ ਬਹੁਤ ਸੂਬੇ ਦੀ ਸੁਪਰੀਮ ਚੇਅਰ 'ਤੇ ਬੈਠੇ ਹੋ, ਮੁਲਾਜ਼ਮ ਤੁਹਾਡੇ ਆਪਦੇ ਨੇ, ਤੁਸੀਂ ਵੀ ਇੱਕ ਮੁਲਾਜ਼ਮ ਦੇ ਬੱਚੇ ਹੋ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਜ਼ਰੂਰ ਧਿਆਨ ਦਿਓ। ਸਰ ਇੱਕ NOC ਦਾ ਮੁੱਦਾ ਜਿਹੜਾ ਲਗਾਤਾਰ ਭਖਿਆ ਹੋਇਆ, ਉਹ ਲਗਾਤਾਰ ਆਰੋਪ ਵੀ ਲੱਗਦੇ ਨੇ ਕਿ NOC ਤੋਂ ਬਿਨਾਂ ਜਿਹੜੀਆਂ ਜਾਲੀ ਰਜਿਸਟਰੀਆਂ ਕਰਵਾਈ ਜਾ ਰਹੀਆਂ ਨੇ, ਕਰਪਸ਼ਨ ਹੋ ਰਹੀ ਹੈ, ਉਸ ਨੂੰ ਲੈ ਕੇ ਲੱਗਦਾ ਕਿ ਇੱਕ ਵਾਰੀ ਮੁੱਖ ਮੰਤਰੀ ਨੇ ਬਿਆਨ ਵੀ ਦਿੱਤਾ ਸੀ, ਲੰਘ ਵੀ ਕਰਤਾ ਸੀ NOC ਤੋਂ ਬਿਨਾਂ ਹੋਗੀ, ਫਿਰ ਉਸ ਨੂੰ ਨੋਟੀਫਿਕੇਸ਼ਨ ਜਾਰੀ ਜੀ। ਪਹਿਲੇ ਮੁੱਖ ਮੰਤਰੀ ਸਾਹਿਬ ਨੇ ਜਿਵੇਂ ਇਹਨਾਂ ਨੇ 18-11-2022 ਨੂੰ 4 ਕਰੋੜ ਦੇ ਇਸ਼ਤਿਹਾਰ ਲਾ ਤੇ ਇਹ ਗੱਲ ਦੱਸਣ ਵਾਸਤੇ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਦੀਵਾਲੀਆ ਤੋਹਫਾ ਦਿੱਤਾ, ਪੁਰਾਣੀ ਪੈਨਸ਼ਨ ਭਾਲ ਲਓ, ਉਸੇ ਕਰਕੇ ਤੇ ਮੈਡੀਕਲ ਕਾਲਜ ਨਹੀਂ ਆਪਾਂ ਨੂੰ ਲੱਭ ਰਹੇ, ਮੈਡੀਕਲ ਕਾਲਜ ਅਸੀਂ ਦੀਵਾ ਲੈ ਕੇ ਫਿਰ ਰਹੇ ਹਾਂ, ਉਹ ਨਹੀਂ ਸਾਨੂੰ ਲੱਭ ਰਹੇ ਕਿਤੇ, ਗੱਲਾਂ ਸਾਰੀਆਂ ਹਵਾਈ ਹੋ ਰਹੀਆਂ ਨੇ। ਇਸ ਕਰਕੇ ਬੇਨਤੀ ਹੈ ਮੁੱਖ ਮੰਤਰੀ ਸਾਹਿਬ ਥੋੜ੍ਹਾ ਗਰਾਊਂਡ ਲਿਆਓ, NOC ਵਾਲਾ ਮਸਲਾ ਸੀ ਉਹਦੇ 'ਤੇ ਬਿਆਨ ਦਿੱਤਾ ਮੁੱਖ ਮੰਤਰੀ ਨੇ, ਵੀ ਇਹਨਾਂ ਦੀ ਸ਼ਰਤ ਖਤਮ ਅਤੇ ਹੋਇਆ ਕੁਛ ਨਾ ਹੋਵੇ, ਇਹ ਤੋਂ ਮਾੜੀ ਗੱਲ ਕੀ ਹੋ ਗਈ, ਝੂਠ ਜੇ ਇੱਕ ਵਾਰੀ ਚੇਅਰ ਦੇ ਬਹਿ ਕੇ ਝੂਠ ਬੋਲਾਂਗੇ ਆਪਾਂ ਤਾਂ ਫਿਰ ਆਪਾਂ ਕੱਟੀ ਨਿਆਇ ਕਲੋਨੀਆਂ 2.5 ਸਾਲ ਦੇ ਵਿੱਚ ਵੀ ਅਬੜ ਰਹੀਆਂ ਨੇ, ਇਹਨਾਂ ਦੀ ਚੇਤੇ ਆ ਰਹੇ ਨੇ, ਲੋੜ ਤਾਂ ਇਹ ਸੀ ਕੋਈ ਜਿੱਥੋਂ ਸਮੱਸਿਆ ਪੈਦਾ ਹੋ ਗਿਆ ਉਹ ਤਾਂ ਬੰਦ ਕਰ ਦੇ, ਵੀ ਨਜਾਇਜ਼ ਕਲੋਨੀ ਕੱਟਣਾ ਜਾਵੇ ਤਾਂ NOC ਤੋਂ ਬਿਨਾਂ ਰਜਿਸਟਰੀ ਨਾ ਹੋਣ, ਜਿਹੜੀਆਂ ਪਹਿਲਾਂ ਕੱਟੀਆਂ ਗਈਆਂ ਉਹਨਾਂ ਨੂੰ ਪ੍ਰੈਗਨਲ ਕਰੋ ਜੀ, ਆਪਾਂ ਲੋਕਾਂ ਨੂੰ ਝੂਠ ਦਿਓ, ਹੁਣ 5-5 ਮਰਲ ਕੇ ਪਲਾਟ ਲੋਕ ਰਜਿਸਟਰੀ ਕਰਾਉਣ ਵਾਸਤੇ ਬੈਠੇ ਨੇ, ਕਿਸੇ ਨੇ ਮਕਾਨ ਬਣਾਉਣਾ, ਕਿਸੇ ਨੇ ਲੋਨ ਲੈਣਾ, ਉਹਦਾ ਕੰਮ ਨਹੀਂ ਹੋ ਰਹੇ। ਇਸ ਕਰਕੇ ਸਰਕਾਰ ਨੂੰ ਬੇਨਤੀ ਹੈ ਕਿ ਮਾਲ ਮਹਿਕਮੇ ਵੱਲ ਰੀੜ੍ਹ ਦੀ ਹੱਡੀ ਆ ਮਹਿਕਮਾ ਹੈ, ਮੂਹਰੇ ਹੁਣ ਹੜਾਂ ਦਾ ਵੀ ਦੇਖੋ ਸਮਾ ਰਿਹਾ, ਹੜਾਂ ਨਾਲ ਨਜਿੱਠਣ ਵਾਸਤੇ ਕੋਈ ਸਾਨੂੰ ਕੋਈ ਟ੍ਰੇਨਿੰਗ ਨਹੀਂ ਹੈਗੀ, ਜਦੋਂ ਹੜ ਆ ਜਾਣਗੇ ਫਿਰ ਉੱਥੇ ਰਾਸ਼ਨ ਵੰਡਣ ਵਾਸਤੇ ਬਲੋਰੀਆਂ ਨੂੰ ਢੱਕ ਦੇਣਗੇ, ਕੋਈ ਟ੍ਰੇਨਿੰਗ ਨਹੀਂ, ਕੋਈ ਉੱਥੇ ਮਤਲਬ ਕਿਸ਼ਤੀਆਂ ਦਾ ਜਾਂ ਕਿਸੇ ਤਰੀਕੇ ਦਾ ਕੋਈ ਉਹ ਨਹੀਂ ਪ੍ਰਬੰਧ ਨਹੀਂ, ਅਤੇ ਹਵਾ ਦੇ ਵਿੱਚ ਹੀ ਕਹੀ ਜਾਂਦੇ ਨੇ ਵੀ ਹਾਂਜੀ ਰਜਵਾਹੇ ਸਾਫ਼ ਹੋ ਗਏ, ਰੇਨਾ ਸਾਫ਼ ਹੋ ਗਏ, ਕੋਈ ਸਫਾਈ ਨਹੀਂ, ਘੱਗਰ ਦਰਿਆ ਦਾ ਹਾਲ ਉਹੀ ਆ, ਅਤੇ ਜਿਹੜਾ ਮਾਝੇ ਦੇ ਵਿੱਚ ਆਪਣੇ ਦੁਆਬੇ ਦੇ ਵਿੱਚ ਮਾਰ ਹੋਈ ਆ ਪਿਛਲੀ ਵਾਰ, ਉੱਥੇ ਕੋਈ ਇੰਤਜ਼ਾਮ ਨਹੀਂ, ਜਿਹੜਾ
ਗਰਾਊਂਡ ਦੇ ਤਾਂ ਕੋਈ ਇੰਤਜ਼ਾਮ ਹੈ ਹੀ ਨਹੀਂ ਹੈ, ਜੇ ਹੁਣ ਗਰਾਊਂਡ ਦੇ ਅਸੀਂ ਨਹੀਂ ਜਾਵਾਂਗੇ ਫਿਰ ਕਿਵੇਂ ਹੱਲ ਹੋਣਗੇ। ਇਸ ਕਰਕੇ ਬੇਨਤੀ ਆ ਕਿ ਮੂਹਰੇ ਜਿਹੜਾ ਹੜ੍ਹਾਂ ਦਾ ਸੀਜ਼ਨ ਆ ਸਾਡਾ ਮਹਿਕਮਾ ਮਾਲ ਅਤੇ ਮੁੜ ਵਸਾਊਣ ਅਤੇ ਆਫਤਨ ਪ੍ਰਬੰਧਨ ਸਾਡੇ ਮਹਿਕਮੇ ਦੀਆਂ ਖਾਸ ਕਰਕੇ ਸਮੱਸਿਆਵਾਂ ਨੇ ਹੱਲ ਕਰੋ ਅਤੇ ਆਪਾਂ ਪਬਲਿਕ ਨੂੰ ਤਾਂ ਕਰਕੇ ਇਸ ਨੂੰ। ਅੱਜ ਅਸੀਂ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਦੀ ਮੀਟਿੰਗ ਕੀਤੀ, ਵਿਸ਼ੇਸ਼ ਤੌਰ 'ਤੇ ਮੈਨੂੰ ਵੀ ਬੁਲਾਇਆ ਗਿਆ ਸੀਗਾ ਕਿਉਂਕਿ ਪਿਛਲੇ 10 ਮਹੀਨਿਆਂ ਤੋਂ ਜੋ ਪਟਵਾਰ ਯੂਨੀਅਨ ਦੀਆਂ ਹੱਕੀ ਮੰਗਾਂ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਵਿਚਾਰ ਵਟਾਂਦਰਾ ਹੋਇਆ ਕਿ ਸਰਕਾਰ ਕੋਈ ਸਮਾਂ ਨਹੀਂ ਦੇ ਰਹੀ। ਜਿਵੇਂ ਕਿ ਜਿਹੜੀਆਂ ਪਟਵਾਰੀ ਦੀਆਂ ਪੋਸਟਾਂ ਨੇ ਉਹ ਘਟਾਈਆਂ ਗਈਆਂ ਨੇ, 1100 ਪੋਸਟਾਂ ਲਗਭਗ ਸੀਐਮ ਸਾਹਿਬ ਨੇ ਘਟਾਉਣ ਦਾ ਹੁਕਮ ਕਰਤਾ, ਜਦੋਂ ਕਿ ਮੁੱਖ ਮੰਤਰੀ ਸਾਹਿਬ ਨੇ ਐਲਾਨ ਕਰਿਆ ਸੀ ਪਿੱਛੇ ਵੀ ਬਾਹਰਲੇ ਵਿਦੇਸ਼ਾਂ ਤੋਂ ਲੋਕ ਆ ਕੇ ਇੱਥੇ ਨੌਕਰੀ ਕਰਿਆ ਕਰਨਗੇ। ਜੇ ਆਪਾਂ ਰੁਜ਼ਗਾਰ ਦੇ ਜਿਹੜੇ ਸੈਂਕਸ਼ਨ ਪੋਸਟਾਂ ਨੇ ਆਪਾਂ ਉਹਨਾਂ ਨੂੰ ਘਟਾਉਣ ਜਾ ਰਹੇ ਹਾਂ ਤਾਂ ਫਿਰ ਕਿਹੜਾ ਰੁਜ਼ਗਾਰ ਦੇਵਾਂਗੇ, ਜਦੋਂ ਕਿ ਲਾਡੇ ਲੈਂਡ ਰਿਕਾਰਡ ਮੈਨੂਅਲ ਦੇ ਮੁਤਾਬਕ ਇਹ ਪੋਸਟਾਂ ਅੱਜ ਜਿਹੜੀਆਂ ਸਾਡੇ ਕੋਲ 4716 ਪੋਸਟਾਂ ਨੇ ਅਤੇ ਇਹਨਾਂ ਨੇ ਘਟਾ ਕੇ 3660 ਕਰਤੀਆਂ ਨੇ, ਪਰ ਇਹ ਪੋਸਟਾਂ ਸਾਡੇ ਲੈਂਡ ਰਿਕਾਰਡ ਦੇ ਮੁਤਾਬਕ ਵਧਣੀਆਂ ਸੀ ਕਿਉਂਕਿ ਫਾਜ਼ਿਲਕਾ ਓੜ ਦਾ ਇਲਾਕਾ ਬਠਿੰਡੇ ਦਾ ਇਲਾਕਾ ਜਿਹੜੇ ਪਟਵਾਰ ਸਰਕਲ ਨੇ ਚਾਹੀ ਦਾ ਇਹ ਲਗਭਗ 3000 ਏਕੜ ਦਾ ਹੁੰਦਾ ਅਤੇ ਬਰਾਨੀ ਦਾ ਇਹ 8000 ਏਕੜ ਦਾ ਹੁੰਦਾ, ਪਰ ਬਰਾਨੀ ਜ਼ਮੀਨ ਪੰਜਾਬ 'ਚ ਕਿਤੇ ਰਹੀ ਨਹੀਂ। ਜਿਹੜੇ 8000 ਏਕੜ ਵਾਲੇ ਸਰਕਲ ਸੀਗੇ ਉਹਨਾਂ ਦੇ ਤੋੜ ਕੇ 2 ਬਣਨੇ ਸੀ, ਇਹ ਗਿਣਤੀ ਘੱਟੋ ਘੱਟ 12000 ਪੋਸਟ ਦੇ ਉੱਪਰ ਜਾਣੀ ਸੀ, ਪਰ ਪਤਾ ਨਹੀਂ ਕਿਹੜਾ ਮੁੱਖ ਮੰਤਰੀ ਸਾਹਿਬ ਦੇ ਗਾਈਡ ਕਰ ਰਿਹਾ ਅਤੇ ਪੋਸਟਾਂ ਵਧਾਉਣ ਦੀ ਬਜਾਏ ਜਿਹੜੀਆਂ ਘਟਾ ਦਿੱਤੀਆਂ ਵੀ ਨੇ। ਕਿਉਂਕਿ ਪਹਿਲਾਂ ਜਦੋਂ ਸਾਡਾ ਹਰਿਆਣਾ ਅਤੇ ਪੰਜਾਬ ਅਲੱਗ ਹੋਏ ਨੇ ਉਸ ਟਾਈਮ ਸਾਨੂੰ 3660 ਪੋਸਟ ਮਿਲੀ ਸੀ, ਫਿਰ ਜਦੋਂ 1980 ਦੇ ਵਿੱਚ ਆਮ ਪੰਜਾਬ ਦੇ ਵਿੱਚ ਝੋਨੇ ਦੀ ਕਾਸ਼ਤ ਹੋਣ ਲੱਗ ਗਈ, ਜ਼ਮੀਨ ਚਾਹੀ ਹੋ ਗਈ, ਟਰੈਕਟਰ ਪੰਜਾਬ 'ਚ ਬਹੁਤ ਆਏ 1978 'ਚ, ਤਾਂ ਬਰਾਨੀ ਤੋਂ ਜ਼ਮੀਨ ਜਿਹੜੀ ਆ ਉਪਜਾਊ ਹੋ ਗਈ, ਤਾਂ ਸਰਦਾਰ ਬੇਅੰਤ ਸਿੰਘ ਜਦੋਂ ਮਾਲ ਮੰਤਰੀ ਸੀਗੇ ਦਰਬਾਰ ਸਿੰਘ ਸਰਕਾਰ ਦੇ ਵਿੱਚ, ਤਾਂ ਉਹਨਾਂ ਨੇ 1100 ਪੋਸਟ ਜਿਹੜੀ ਆ ਤੁਰੰਤ ਵਧਾ ਕੇ ਅਤੇ ਤੁਰੰਤ ਪਟਵਾਰੀਆਂ ਦੀ ਭਰਤੀ ਕੀਤੀ। ਅੱਜ ਸਾਡੇ ਕੋਲ ਪਟਵਾਰੀਆਂ ਦੀ ਨਫਰੀ ਬਹੁਤ ਘੱਟ ਹੈ, ਲੋਕ ਵੀ ਪਰੇਸ਼ਾਨ ਹੋ ਰਹੇ ਨੇ, ਇਹਦਾ ਰਿਜ਼ਲਟ ਸਰਕਾਰ ਨੂੰ ਹੁਣੇ ਵੀ ਮਿਲ ਕੇ ਹਟਿਆ। ਜਦੋਂ ਇੱਕ ਪਟਵਾਰੀ ਨੂੰ ਤੁਸੀਂ 5-5 ਸਰਕਲ ਦੇ ਰੱਖੇ ਨੇ ਅਤੇ ਲੋਕਾਂ ਦੇ ਕੰਮ ਨਹੀਂ ਹੁੰਦੇ ਅਤੇ ਲੋਕ ਪਰੇਸ਼ਾਨ ਹੋ ਰਹੇ ਨੇ, ਉਹ ਲੋਕਾਂ ਨੇ ਗੁੱਸਾ ਹੁਣ MP ਦੀਆਂ ਚੋਣਾਂ ਦੇ ਵਿੱਚ ਕੱਢਿਆ। ਤੋ ਇਸ ਕਰਕੇ ਸਾਡੀ ਬੇਨਤੀ ਹੈ ਮੁੱਖ ਮੰਤਰੀ ਸਾਹਿਬ, ਇਹ 4716 ਪੋਸਟਾਂ ਰਹਿਣ ਦਿਓ ਅਤੇ 4716 ਪਟਵਾਰੀ ਵੀ ਪੂਰੇ ਭਰਤੀ ਕਰ ਦਿਓ। ਸਾਰੇ ਪੰਜਾਬ ਦੇ ਵਿੱਚ ਲਗਭਗ 1500 ਪਟਵਾਰੀ ਅਤੇ ਉਹ ਪਟਵਾਰੀਆਂ ਦੇ ਨਾਲ ਕੰਮ ਜਿਹੜਾ ਉਹ ਨਹੀਂ ਚੱਲ ਸਕਦਾ, ਠੀਕ ਆ ਧੱਕੇ ਨਾਲ ਚਲਾ ਰਹੇ ਹਾਂ ਪਰ ਲੋਕਾਂ ਨੂੰ ਆਮ ਪਬਲਿਕ ਨੂੰ ਇਨਸਾਫ ਜਿਹੜਾ ਉਹ ਨਹੀਂ ਮਿਲਿਆ। ਲੱਗਦਾ ਜਿਸ ਤਰ੍ਹਾਂ ਹੁਣ ਪਿੱਛੇ ਖੜਾ ਦੀ ਸਥਿਤੀ ਬਣੀ ਸੀ, ਕਾਫੀ ਜ਼ਿਆਦਾ ਜਿਹੜੀਆਂ ਡਿਊਟੀਆਂ ਡਿਊਟੀਆਂ ਪਟਵਾਰੀਆਂ ਦੀ ਕਮੀ ਹੋਣ ਦੇ ਬਾਵਜੂਦ ਵੀ ਸਮੁੱਚੇ ਪੰਜਾਬ ਦੇ ਪਟਵਾਰੀਆਂ ਨੇ ਦਿਨ ਰਾਤ ਕਰਕੇ ਜਿਹੜੇ ਗਰਦਾਵਰੀ ਉਹ ਇਨ ਟਾਈਮ ਕੀਤੀ, ਜਿਹੜਾ ਮੁਆਵਜ਼ਾ ਇਨ ਟਾਈਮ ਬਣਾਇਆ, ਪਰ ਫਿਰ ਵੀ ਸਰਕਾਰ ਨੇ ਕੋਈ ਕਦਰ ਜਿਹੜੀ ਆ ਉਹ ਨਹੀਂ ਪਾਈ। ਜੇ ਸਗੋਂ ਸਰਕਾਰ ਨੂੰ ਚਾਹੀਦਾ ਵੀ ਤੁਰੰਤ ਭਰਤੀ ਕਰੇ, ਕੋਈ ਵੀ ਪੋਸਟ ਜਿਹੜੀ ਉਹ ਖਾਲੀ ਨਹੀਂ ਰਹਿਣੀ। ਪਹਿਲੀ ਗੱਲ ਤਾਂ ਇਹਨਾਂ ਨੂੰ ਹੁਣੇ ਰਿਜ਼ਲਟ ਮਿਲ ਗਿਆ, ਜੇ ਇਹ ਇਸ ਪਾਸੇ ਧਿਆਨ ਨਹੀਂ ਦੇਣਗੇ ਤਾਂ ਹੁਣ ਇਹਨਾਂ ਨੇ ਸਟੇਟ ਕੇਡਰ ਬਣਾ ਲਿਆ, ਮੈਨੂੰ ਲੱਗਦਾ ਬਹੁਤੇ ਪਟਵਾਰੀ ਜਿਹੜੇ ਆ ਜਿਹੜੇ ਰਿਟਾਇਰਮੈਂਟ ਦੇ ਨੇੜੇ ਆ, ਜੇ ਉਹਨਾਂ ਨੂੰ 200-200 ਕਿਲੋਮੀਟਰ ਬਦਲਣਗੇ ਉਹ ਨੌਕਰੀ ਛੱਡ ਜਾਣਗੇ, ਇਹਦੇ ਨਾਲ ਹੋਰ ਨੌਕਰੀ ਘੱਟ ਜਾਣੀ ਆ। ਇਸ ਕਰਕੇ ਸਰਕਾਰ ਨੇ ਕਿਤੇ ਜਿਹੜਾ ਡਿਸਟ੍ਰਿਕਟ ਲੈਵਲ ਦਾ ਕੇਡਰ ਬਣਿਆ ਹੋਇਆ ਪਹਿਲਾਂ ਉਹੀ ਰਹਿਣ ਦੇਣਾ ਚਾਹੀਦਾ, ਅਤੇ ਕੋਈ ਹੁਣ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਸੀ ਪਟਵਾਰੀ ਦੀ ਕੰਮ ਨਹੀਂ ਕਰਦਾ, ਲੋਕ DC ਕੋਲ ਜਾ ਕੇ ਭੇਜ ਦਿੰਦੇ ਅਤੇ DC ਕੋਲੋਂ ਪਾਵਰ ਹੀ ਖੋਲ੍ਹ ਲਿਆ ਉਹਦੀ ਬਦਲੀ, ਅਤੇ DLR ਨੂੰ ਜਲੰਧਰ ਪਾਵਰ ਦੇ ਦਿੱਤੀ ਹੈ ਅਤੇ ਪਟਵਾਰੀ ਦੀ ਪਬਲਿਕ ਬਦਲੀ ਦਾ ਅਧਿਕਾਰ ਜਿਹੜਾ ਉਹ DLR ਡਾਇਰੈਕਟਰ ਲੈਂਡ ਰਿਕਾਰਡ ਜਲੰਧਰ ਨੂੰ ਦਿੱਤਾ ਗਿਆ, ਬਹੁਤ ਗਲਤ ਗੱਲ ਆ। ਅਤੇ ਇਹ DC ਦੀ ਪਾਵਰ ਘਟਾਈ ਗਈ, ਜੇ DC ਕੋਲ ਪਾਵਰ ਇਹਨਾਂ ਰਹੀ ਤਾਂ ਪਬਲਿਕ ਨੂੰ ਇਨਸਾਫ ਦਿੱਤੀ। ਇਹ ਫੈਸਲਾ ਕੀਤਾ ਹੈ ਪਟਵਾਰ ਯੂਨੀਅਨ ਨੇ, ਅਤੇ ਅੱਜ ਜਲੰਧਰ ਦੀ ਜਿਹੜੀ ਜਿਮਨੀ ਚੋਣ ਆ ਰਹੀ ਹੈ
ਜੇ ਕਰਤੇ ਜੇ ਪ੍ਰਧਾਨ ਨੇ ਜੇ ਨਾ ਕਰਤਾ ਹਰਵੀਰ ਸਿੰਘ ਢੀਂਡ ਦੇ ਨੇ ਵੀ ਜੇ ਨਹੀਂ ਮਤਲਬ ਸੁਣਵਾਈ ਹੋਣੀ ਤਾਂ ਜੁਲਾਈ ਦੇ ਪਹਿਲੇ ਹਫ਼ਤੇ ਇਹ ਉੱਥੇ ਰੈਲੀ ਜਾਂ ਰੋਸ ਮਾਰਚ ਜੋ ਵੀ ਸਮਝਣਗੇ ਠੀਕ ਕਰਨਗੇ ਜ਼ਰੂਰ ਕਰਨਗੇ ਅਸੀਂ ਉਹਨਾਂ ਦਾ ਪੂਰਾ ਸਾਥ